ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਬੁੱਧਮੁੜਾ ਦੇ ਦੋ ਅਧਿਆਪਕ ਜੀਵਨ ਸ਼ਰਮਾ ਅਤੇ ਸ਼ਮਾ ਥਾਮਾ ਨੂੰ ਮਾਰਕੰਡੇਸ਼ਵਰ ਯੂਨੀਵਰਸਿਟੀ ਮੁਲਾਣਾ ਅੰਬਾਲਾ ਵਿਖੇ ਆਚਾਰਿਆ ਅਲੰਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਦੇਸ਼ ਭਰ ਵਿੱਚੋਂ ਹੋਣਹਾਰ ਅਧਿਆਪਕਾਂ ਨੂੰ ਉਕਤ ਪੁਰਸਕਾਰ ਲਈ ਚੁਣਿਆ ਗਿਆ ਸੀ। ਮਾਤਾ ਗੁਜਰੀ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਦੋ ਅਧਿਆਪਕ ਉਕਤ ਪੁਰਸਕਾਰ ਲਈ ਚੁਣੇ ਗਏ। ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕਿਹਾ, ਮੈਂ ਭੁਪਿੰਦਰ ਸਿੰਘ, ਡਾਇਰੈਕਟਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਾ, ਆਈ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਸਾਡੇ ਵਾਸਤੇ ਬੜੇ ਫਖਰ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਦੋ ਅਧਿਆਪਕ ਆਚਾਰਿਆ ਅਲੰਕਾਰ ਅਵਾਰਡ 2018 ਜਿਹੜਾ ਕਿ ਮੁਲਾਣਾ ਯੂਨੀਵਰਸਿਟੀ ਦੇ ਵਿੱਚ HDFC ਬੈਂਕ ਅਤੇ ਮੁਲਾਣਾ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤਾ ਗਿਆ, ਜਿਹਦੇ ਵਿੱਚ ਲਗਭਗ 2000 ਸਕੂਲਾਂ ਦੇ ਅਧਿਆਪਕਾਂ ਵਿੱਚੋਂ ਤਕਰੀਬਨ 100 ਅਧਿਆਪਕਾਂ ਦੀ ਚੋਣ ਵਧੀਆ ਕਾਰਗੁਜ਼ਾਰੀ ਬੋਰਡ ਰਿਜ਼ਲਟ ਦੇ ਵਿੱਚ ਦਿਖਾਉਣ ਕਰਕੇ ਟੀਚਰ ਡੇ 'ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਹਦੇ ਵਿੱਚੋਂ ਸਾਡੇ ਸਕੂਲ ਦੇ ਵੀ ਦੋ ਅਧਿਆਪਕ ਮਿਸਿਜ ਜੀਵਨ ਸ਼ਰਮਾ ਅਤੇ ਮਿਸਿਜ ਸ਼ਮਾ ਥਾਪਾ ਨੂੰ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਇਸ ਅਵਾਰਡ ਲਈ ਚੋਣ ਹੋਣਾ ਸਾਡੇ ਲਈ ਬਹੁਤ ਫਖਰ ਵਾਲੀ ਗੱਲ ਹੈ। ਵੈਸੇ ਤਾਂ ਸਾਡੇ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਮਿਹਨਤੀ ਹਨ ਔਰ ਹਰ ਸਾਲ ਸਾਡੇ ਸਕੂਲ ਦਾ ਰਿਜ਼ਲਟ ਜਿਹੜਾ ਹੈ ਬੋਰਡ ਦੇ ਵਿੱਚ 100% ਆਉਂਦਾ ਹੈ। ਉਸ ਲਈ ਮੈਂ ਸਮੂਹ ਟੀਚਰ ਸਾਹਿਬਾਨ ਨੂੰ, ਜਿਹੜੇ ਕਿ ਅਣਥਕ ਮਿਹਨਤ ਕਰਕੇ ਬੱਚਿਆਂ ਨੂੰ ਇਸ ਮੁਕਾਮ 'ਤੇ ਪਹੁੰਚਾਉਂਦੇ ਹਨ, ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਥੈਂਕ ਯੂ। ਮੈਂ ਜੀਵਨ ਸ਼ਰਮਾ, ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਦੀ ਅਧਿਆਪਕਾ ਹਾਂ। ਆਚਾਰਿਆ ਅਲੰਕਾਰ ਅਵਾਰਡ 2018 ਦੇ ਲਈ ਮੇਰੀ ਚੋਣ ਕੀਤੀ ਗਈ ਹੈ, ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਅਵਾਰਡ ਦੇ ਲਈ 2000 ਸਕੂਲਾਂ ਦੇ ਅਧਿਆਪਕਾਂ ਨੇ ਨੋਮੀਨੇਟ ਕੀਤਾ ਸੀ ਅਤੇ ਜਿਸ ਵਿੱਚੋਂ ਲਗਭਗ 100 ਦੇ ਕਰੀਬ ਅਧਿਆਪਕਾਂ ਦੀ ਚੋਣ ਕੀਤੀ ਗਈ ਅਤੇ 100 ਦੇ ਕਰੀਬ ਅਧਿਆਪਕਾਂ ਨੂੰ ਇਹ ਅਵਾਰਡ ਮੌਲਾਨਾ ਵਿਖੇ ਦਿੱਤਾ ਗਿਆ। ਅਤੇ ਇਸ ਅਵਾਰਡ ਦੇ ਲਈ ਸ਼੍ਰੀ ਰਾਮਵਿਲਾਸ ਸ਼ਰਮਾ, ਸਿੱਖਿਆ ਮੰਤਰੀ ਹਰਿਆਣਾ ਵੱਲੋਂ ਇਹ ਅਵਾਰਡ ਅਧਿਆਪਕਾਂ ਨੂੰ ਦਿੱਤੇ ਗਏ। ਅਤੇ ਇਸ ਅਵਾਰਡ ਲਈ ਬੋਰਡ ਦੀ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦੀ ਚੋਣ ਕੀਤੀ ਗਈ ਸੀ ਅਤੇ ਸਾਡੇ ਸਕੂਲ ਦਾ 10ਵੀਂ ਅਤੇ 12ਵੀਂ ਜਮਾਤ ਦਾ ਬੋਰਡ ਦੀ ਪ੍ਰੀਖਿਆ ਵਿੱਚ ਬੱਚਿਆਂ ਨੇ, ਬਹੁਤ ਜ਼ਿਆਦਾ ਬੱਚਿਆਂ ਨੇ ਮੈਰਿਟ ਹਾਸਿਲ ਕੀਤੀ ਅਤੇ ਇਸ ਕਰਕੇ ਹੀ ਅਧਿਆਪਕਾਂ ਦੀ ਇਸ ਲਈ ਚੋਣ ਕੀਤੀ ਗਈ ਹੈ। ਅਤੇ ਇਸ ਪਿੱਛੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਡਾਇਰੈਕਟਰ ਸਰ ਸਰਦਾਰ ਭੁਪਿੰਦਰ ਸਿੰਘ ਜੀ ਅਤੇ ਮੈਡਮ ਰਵਿੰਦਰ ਕੌਰ ਜੀ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਉਹਨਾਂ ਦੇ ਸਕੂਲ ਦੇ ਅਧਿਆਪਕ ਇਸ ਅਵਾਰਡ ਲਈ ਚੁਣੇ ਗਏ। ਇਹ ਸਕੂਲ ਹਰ ਖੇਤਰ ਦੇ ਵਿੱਚ, ਚਾਹੇ ਖੇਡਾਂ ਹੋਣ, ਚਾਹੇ ਸਿੱਖਿਆ ਦਾ ਖੇਤਰ ਹੋਵੇ, ਵਿਦਿਆਰਥੀ ਬਹੁਤ ਮੱਲਾਂ ਮਾਰ ਰਹੇ ਹਨ ਅਤੇ ਇਲਾਕੇ ਦੇ ਵਿੱਚ ਨਾਮ ਰੋਸ਼ਨ ਕਰ ਰਹੇ ਹਨ। ਇਹ ਇਸ ਇੱਕ ਦੇਵੀਗੜ੍ਹ ਦਾ ਇਲਾਕਾ ਇੱਕ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਹੈ, ਪਰ ਅੱਜ ਇਸ ਸਕੂਲ ਦਾ ਨਾਮ ਮੰਨੇ ਪਰਮੰਨੇ ਸਕੂਲਾਂ ਦੇ ਵਿੱਚ ਆਉਂਦਾ ਹੈ ਅਤੇ ਇਸ ਸਕੂਲ ਦੇ ਵਿਦਿਆਰਥੀ ਰਾਸ਼ਟਰੀ ਪੱਧਰ 'ਤੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਕੋਈ ਹੀ ਅਜਿਹਾ ਦਿਨ ਹੋਵੇਗਾ ਜਿਸ ਦਿਨ ਕਿਸੇ ਵੀ ਅਖਬਾਰ ਵਿੱਚ ਸਕੂਲ ਦੇ ਨਾਮ ਨੂੰ ਰੋਸ਼ਨ ਕਰਨ ਵਾਲੀ ਕੋਈ ਨਾ ਕੋਈ ਖਬਰ ਨਾ ਆਉਂਦੀ ਹੋਵੇ। ਮੈਂ ਇਸ ਪ੍ਰਾਪਤੀ ਦੇ ਲਈ ਸਕੂਲ ਪ੍ਰਬੰਧਕਾਂ ਅਤੇ ਇਸ ਸੰਸਥਾ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ। ਮੈਂ ਸ਼ਮਾ ਥਾਮਾ,
माता गुजरी सीनियर सेकेंडरी स्कूल देवीगढ़ में हिंदी पढ़ाती हूँ। मुझे अपनी खुशी आप सबके साथ शेयर करके बहुत हर्ष हो रहा है कि एक पंजाब के अध्यापक को हरियाणा में जाकर सम्मानित किया जा रहा है, वो भी आचार्य अलंकार अवार्ड के द्वारा। वहाँ के हरियाणा के एजुकेशन मिनिस्टर श्री राम विलास शर्मा जी ने वहाँ पर पहुँचे सभी अध्यापकों को सम्मानित किया गया। ये अवार्ड HDFC बैंक, खबरें अभी तक और MM यूनिवर्सिटी के द्वारा ऑर्गेनाइज कराया गया। इस अवार्ड में लगभग 2000 से ज़्यादा स्कूलों और कॉलेजों ने अपना नाम दर्ज कराया, लेकिन उसमें शायद ही 100 अध्यापक होंगे, 100 या 100 से कुछ ज़्यादा, जिन्हें इस अवार्ड से सम्मानित किया गया। ये जो आज अवार्ड से सम्मानित किया गया है, इसके पीछे हमारे जो स्कूल मैनेजमेंट हैं, सरदार भूपिंदर सिंह जी और मैम रविंद्र कौर जी, उनका बहुत बड़ा सहयोग है। उन्होंने इस स्कूल को एक छोटे से स्तर से उठाकर आसमान की बुलंदियों तक पहुंचा दिया। जब मैं स्कूल में आई एक अध्यापक के रूप में, तब इस स्कूल में बहुत छोटे से एरिया में ये स्कूल था, लेकिन आज इसकी आप बिल्डिंग देखोगे, इसका काम देखोगे, यहाँ तक कि खेल का क्षेत्र है या पढ़ाई का क्षेत्र है, हर जगह हमारे स्कूल के बच्चों ने, अध्यापकों ने हिस्सा लिया है और कामयाब हुए हैं। देवीगढ़ तो जसप्रीत सिंह, रजिंदर सिंह मोची की रिपोर्ट।